ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕੈਨੇਡਾ ਵਿੱਚ ਰਹਿੰਦੇ ਸੁੱਖਾ ਦੁਨੋਕੇ ਲਈ ਫਿਰੋਤੀ ਵਸੂਲਣ ਦਾ ਕੰਮ ਕਰਦਾ ਸੀ। ਇਸ ਦੇ ਨਾਲ ਦੋ ਹੋਰ ਵਿਅਕਤੀ ਨਾਮਜ਼ਦ ਕੀਤੇ ਜੋ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਰਹਿ ਰਹੇ ਇਹ ਕੈਟਾਗਰੀ ਦੇ ਗੈਂਗਸਟਰਾਂ ਸੁੱਖਾ ਦੁਨੋਕੇ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਮਲੋਟ ਰਾਜਸਥਾਨ ਅਤੇ ਹੋਰ ਏਰੀਏ ਦੇ ਵਿੱਚ ਫਿਰੋਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਦੇ ਖੇਤਰ ਵਿੱਚ ਖੁਸ਼ਵਿੰਦਰ ਸਿੰਘ ਉਰਫ ਖੁੱਸਾ ਸਰਪੰਚ ਪਿੰਡ ਖਿੜਕੀਆਂ ਵਾਲਾ, ਵਰਿੰਦਰ ਸਿੰਘ ਉਰਫ ਬੱਬੂ ਵਾਸੀ ਮਧੀਰ ਅਤੇ ਅਵਤਾਰ ਸਿੰਘ ਔਲਕ ਵਾਸੀ ਰੁਪਾਣਾ ਇਸ ਨੂੰ ਆਪਰੇਟ ਕਰਦੇ ਹਨ। ਦੱਸ ਦਈਏ ਕਿ ਖੁਸ਼ਵਿੰਦਰ ਸਿੰਘ ਉਰਫ ਖੁੱਸਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਾਥੀ ਹੈ ਅਤੇ ਰਾਜਾ ਵੜਿੰਗ ਨਾਲ ਬੀਤੇ ਲੰਬੇ ਸਮੇਂ ਤੋਂ ਵਿਚਰ ਰਿਹਾ ਹੈ। ਉਹ ਯੂਥ ਕਾਂਗਰਸ ਦਾ ਅਹੁਦੇਦਾਰ ਵੀ ਰਿਹਾ। ਖੁਸ਼ਵਿੰਦਰ ਸਿੰਘ ਦੀ ਪਤਨੀ ਪਿੰਡ ਖਿੜਕੀਆਂ ਵਾਲਾ ਦੀ ਸਰਪੰਚ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ਲਾਈਵ ਭਾਰਤ। ਕੀ ਮਾਮਲਾ ਕਿਹੜਾ ਇੱਕ ਪਕੜਿਆ ਗਿਆ ਦੋਸ਼ੀ, ਕਿਹਦੇ ਨਾਲ ਸੰਪਰਕ ਸੀਗੇ ਔਰ ਕਿਸ ਤਰ੍ਹਾਂ? ਸਾਨੂੰ ਸੀਕਰੇਟ ਇਨਫੋਰਮੇਸ਼ਨ ਮਿਲੀ ਸੀਗੀ ਜਿਹਦੇ ਮੁਤਾਬਕ ਜਿਹੜਾ ਹੈਗਾ ਇਹ ਵਰਿੰਦਰ ਸਿੰਘ ਇਲੀਅਸ ਬੱਬੂ ਅਤੇ ਇਹਦੇ ਨਾਲ ਦੋ ਹੋਰ ਸਾਥੀ ਹੈ ਜਿਹੜੇ ਸੁੱਖਾ ਦੁਨੇ ਕੇ ਗੈਂਗ ਹੈ ਜਿਹੜਾ ਕੈਨੇਡਾ ਬੇਸਡ ਗੈਂਗਸਟਰ ਆ ਜਿਹੜਾ ਓਪਰੇਟ ਕਰਦਾ ਪੰਜਾਬ ਦੇ ਵਿੱਚ। ਇਹ ਕਿਸੇ ਨੂੰ ਡਰਾ ਧਮਕਾ ਕੇ ਲੋਕਾਂ ਨੂੰ ਫਰੋਤੀਆਂ ਹਾਸਿਲ ਕਰਦੇ ਆ। ਇਹ ਅੱਗੇ ਫਰੋਤੀਆਂ ਦੀ ਰਕਮ ਹਾਸਿਲ ਕਰਕੇ ਗਾਂ ਜਿਹੜੀ ਜਿੱਥੇ ਲੋੜ ਹੁੰਦੀ ਸੀ ਜਿੱਥੇ ਉਹਦੇ ਗੈਂਗ ਦੇ ਸਾਥੀਆਂ ਨੂੰ ਉਹਨਾਂ ਨੂੰ ਰਕਮ ਕਿਸੇ UPI ਰਾਹੀਂ ਟ੍ਰਾਂਸਫਰ ਕਰਦਾ ਸੀ ਜਾਂ ਕੈਸ਼ ਦੇ ਕੇ ਆਉਂਦਾ ਸੀਗਾ। ਇਸ ਤੋਂ ਇਲਾਵਾ ਇਹਦੇ ਪਾਸ ਜਿਹੜੇ ਹੈਗੇ ਆ ਸੁੱਖਾ ਦੁਨੇਕੇ ਗੈਂਗ ਸੀ ਜਿਹੜਾ ਉਹਨਾਂ ਦੇ ਵੈਪਨ ਜਿਹੜੇ ਸੀਗੇ ਵੈਪਨ ਵੀ ਇਹਦੇ ਕੋਲ ਸਟੇ ਕਰਾਉਂਦੇ ਸੀਗੇ ਜਦੋਂ ਕੋਈ ਵਾਰਦਾਤ ਕਰਨੀ ਆ ਤਾਂ ਉਹਨਾਂ ਦੇ ਜਿਹੜੇ ਸ਼ੂਟਰ ਹੁੰਦੇ ਸੀ ਇਸ ਤੋਂ ਵੈਪਨ ਲੈ ਕੇ ਜਾਣਾ ਉਹਨਾਂ ਨੇ। ਇੱਕ ਇਸ ਸਿਲਸਿਲੇ 'ਚ ਬਸ ਇੱਕ 30 ਦਾ ਵੈਪਨ ਅਤੇ 3 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਆ। ਕਿੰਨੀ ਕੁ ਵਾਰਦਾਤ ਨੂੰ ਅੰਜਾਮ ਦੇ ਸਕੋ, ਕਿੰਨੇ ਕੁ ਪੈਸੇ ਬਰਾਮਦ ਕਰੇ? ਬੇਸਿਕਲੀ ਇਹ ਜਿਹੜਾ ਫੜਿਆ ਇਹ ਕੈਰੀਅਰ ਹੈਗਾ ਜ਼ਿਆਦਾਤਰ ਕਿ ਇਹ ਫਰੋਤੀ ਦੀ ਰਕਮ ਲੈ ਕੇ ਆਉਂਦਾ ਗਾਂ ਦਿੰਦਾ ਸਮਾਨ, ਇੱਕ ਕੈਰੀਅਰ ਆ ਜਿਹੜਾ ਮੋਡਿਊਲ। ਇਹਦੇ ਵਾਸਤੇ ਜਿਹੜੀ ਹੈਗੀ ਤਫਤੀਸ਼ ਜਾਰੀ ਹੈ, ਬਾਕੀ ਜਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਮੂਲੀਅਤ ਉਹਦੇ ਬਾਰੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਰਿਮਾਂਡ ਵਗੈਰਾ ਵੀ ਲਿਆ? ਰਿਮਾਂਡ ਲਿਆਇਆ ਤਾਂ ਅਸੀਂ 2 ਦਿਨ ਦਾ, ਇੱਕ ਵਾਰ ਰਿਮਾਂਡ ਲੈਣ ਤੋਂ ਬਾਅਦ ਜਿਹੜੀ ਹੈਗੀ ਉਧਰਾਂ ਨੇ ਜੋ ਕੁਛ ਸਾਹਮਣੇ ਕੋਈ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿੰਨੇ ਕੁ ਬੰਦੇ ਤੋਂ ਹੁਣ ਤੱਕ ਪੈਸੇ ਲੈ ਚੁੱਕੇ ਔਰ ਕਿੰਨੇ ਕੁ ਲੈ ਚੁੱਕੇ? ਕੋਈ ਪੈਸੇ ਵੀ ਬਰਾਮਦ ਹੋਏ ਕੋਈ? ਨਹੀਂ, ਹਜੇ ਨਹੀਂ ਇਸ ਬਾਰੇ ਜ਼ਿਆਦਾ ਦੱਸ ਸਕਦੇ, ਬਿਕੋਜ਼ ਇਨਵੈਸਟੀਗੇਸ਼ਨ ਜਿਹੜੀ ਹੈਗੀ ਜੇ ਥਰੂ ਆ ਚੱਲ ਰਹੀ ਹੈ ਅਜੇ।